ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਕਾਹੇ ਪੂਤ ਚਗਰਤ ਹੋ ਸੰਗ ਬਾਪ ਜਿਨਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਚਗਰਤ ਪਾਪ ਕਾਹੇ ਪੂਤ ਚਗਰਤ ਹੋ ਸੰਗ ਬਾਪ ਜਿਨਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਚਗਰਤ ਪਾਪ ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸੁਣਤੀ ਪੁਨੀਤ ਕਹਿਤੀ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਹੀ ਮਹਲਾ ਚੌਥਾ ਕਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣੋ ਜਨ ਪਾਈ ਜਿਤ ਸਹਿ ਸਾ ਦੁਖ ਭੁਖ ਸਭ ਲਹਿ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗਿਆਏ ਨਾਮ ਦੀਆ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ਿਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅਕਸ਼ਰ ਤੀਰਥ ਤਿਨ ਤਿਲਕ ਕਢਾਏ ਜਨ ਨਾਨਕ ਦਿਨ ਕਾ ਅਨ ਦਿਨ ਪਰਸੇ
ਜੇ ਕਿਰਪਾ ਕਰੇ ਹਰਿ ਰਾਇ। ਜਿਤਨੇ ਭਗਤ ਹਰਿ ਸੇਵਕਾ ਮੁਖ ਅਠਸਠ ਤੀਰਥ ਤਿਨ ਤਿਲਕ ਕਢਾਇ। ਜਨ ਨਾਨਕ ਤਿਨ ਕਉ ਅਨਦਿਨ ਪਰਸੇ ਜੇ ਕਿਰਪਾ ਕਰੇ ਹਰਿ ਰਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੀਆਂ ਸੰਗਤਾਂ ਨੇ ਸੂਹੀ ਰਾਗ ਦੇ ਵਿੱਚੋਂ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਹੁਕਮਨਾਮੇ ਅੰਮ੍ਰਿਤਮਈ ਬਚਨ ਅੰਗ 733 ਦਾ ਸ਼ਰਵਣ ਕੀਤੇ ਹਨ ਜੀ। ਅੰਗ 733 ਦਾ ਸ਼ਰਵਣ ਕੀਤੇ ਹਨ। ਕੀ ਫਰਮਾ ਰਹੇ ਹਨ ਪਾਤਸ਼ਾਹ ਜੀ, ਕੀ ਸਮਝਾ ਰਹੇ ਹਨ ਸਾਨੂੰ, ਆਓ ਆਪਾਂ ਵਿਚਾਰ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ ਕਰ ਸੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਹੈ, ਕਰ ਸੇਵੇਂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ। ਰਾਗ ਸੂਹੀ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਰ ਛੇਵੇਂ ਵਿੱਚ ਬਾਣੀ ਹੈ ਅਤੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ। ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੁਰਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਕਰ ਜਿਸ ਜਾਏ। ਨੀਵੀਂ ਜਾਤ ਵਾਲਾ ਮਨੁੱਖ ਵੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਜੇ ਯਕੀਨ ਨਹੀਂ ਆਉਂਦਾ ਤਾਂ ਕਿਸੇ ਪਾਸੋਂ ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਵੇਖੋ। ਉਸ ਬਿਦਰ ਨੇ ਉਸ ਬਿਦਰ ਦੇ ਘਰ ਵਿੱਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ। ਨੀਵੀਂ ਜਾਤ ਵਾਲਾ ਮਨੁੱਖ ਵੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਜੇ ਯਕੀਨ ਨਹੀਂ ਆਉਂਦਾ ਤਾਂ ਕਿਸੇ ਪਾਸੋਂ ਵੀ ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਵੇਖੋ। ਉਸ ਬਿਦਰ ਦੇ ਘਰ ਵਿੱਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ। ਅੱਗੇ ਕੀ ਫਰਮਾਉਂਦਾ ਹੈ ਪਾਤਸ਼ਾਹ ਜੀ ਕਿ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁੱਖ ਭੁੱਖ ਸਭ ਲਹਿ ਜਾਏ ਰਹਾਓ। ਹੇ ਸੱਜਣੋ, ਪਰਮਾਤਮਾ ਦੀ ਅਵਸਥਾ ਅਸਚਰਜ ਸਿਫਤ ਸਲਾਹ ਸੁਣਿਆ ਕਰੋ। ਜਿਸ ਦੀ ਬਰਕਤ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ, ਮਾਇਆ ਦੀ ਭੁੱਖ ਮਿਟ ਜਾਂਦੀ ਹੈ। ਹੇ ਸੱਜਣੋ, ਹੇ ਪਿਆਰਿਓ, ਪਰਮਾਤਮਾ ਦੀ ਅਸਚਰਜ ਸਿਫਤ ਸਲਾਹ ਸੁਣਿਆ ਕਰੋ। ਜਿਸ ਦੀ ਬਰਕਤ ਨਾਲ ਹਰੇਕ ਕਿਸਮ ਦਾ ਸਹਿਮ
ਹਰੇਕ ਦੁੱਖ ਦੂਰ ਹੋ ਜਾਂਦਾ ਹੈ ਤੇ ਮਾਇਆ ਦੀ ਭੁੱਖ ਵੀ ਮਿਟ ਜਾਂਦੀ ਹੈ। ਰਹਾਓ ਵਿਸ਼ਰਾਮ ਦੇ ਕੇ ਅੱਗੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ। ਕੀ ਫਰਮਾਉਂਦੇ ਨੇ ਪਾਤਸ਼ਾਹ ਜੀ ਕਿ ਭਗਤ ਰਵਿਦਾਸ ਜਾਤ ਦਾ ਚਮਾਰ ਸੀ, ਉਹ ਪਰਮਾਤਮਾ ਦੀ ਸਿਫਤਸਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਉਂਦਾ ਰਹਿੰਦਾ ਸੀ। ਨੀਵੀਂ ਜਾਤ ਦਾ ਰਵਿਦਾਸ ਮਹਾਂਪੁਰਖ ਬਣ ਗਿਆ, ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ। ਭਗਤ ਰਵਿਦਾਸ ਜੀ ਜਾਤ ਦਾ ਚਮਾਰ ਸੀ, ਉਹ ਪਰਮਾਤਮਾ ਦੀ ਸਿਫਤਸਲਾਹ ਕਰਦਾ ਸੀ, ਉਹ ਹਰ ਵੇਲੇ ਉਸ ਪ੍ਰਭੂ ਦੀ ਕੀਰਤੀ ਗਾਉਂਦਾ ਰਹਿੰਦਾ ਸੀ ਤੇ ਨੀਵੀਂ ਜਾਤ ਦਾ ਚਮਾਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਉਸ ਪਰਮਾਤਮਾ ਦੀ ਸਿਫਤਸਲਾਹ ਗਾਉਂਦੇ ਗਾਉਂਦੇ ਕੀਰਤੀ ਗਾਉਂਦੇ ਗਾਉਂਦੇ ਮਹਾਂਪੁਰਖ ਬਣ ਗਏ ਤੇ ਚੌਹਾਂ ਵਰਨਾਂ ਦੇ ਮਨੁੱਖ ਉਹਨਾਂ ਦੇ ਪੈਰੀਂ ਆ ਕੇ ਲੱਗ ਪਏ। ਅੱਗੇ ਕੀ ਫਰਮਾਉਂਦੇ ਨੇ ਪਾਤਸ਼ਾਹ ਜੀ ਕਿ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਟੇ ਹਰ ਨਾਮ ਦੇਉ ਲੀਆ ਮੁਖ ਲਾਏ। ਕਿ ਭਗਤ ਨਾਮਦੇਵ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ, ਜਗਤ ਉਸਨੂੰ ਸ਼ੀਂਬਾ ਆ ਕੇ ਸੱਦਿਆ ਕਰਦਾ ਸੀ। ਪਰਮਾਤਮਾ ਨੇ ਖੱਤਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ ਅਤੇ ਨਾਮਦੇਵ ਜੀ ਨੂੰ ਮੱਥੇ ਲਾਇਆ ਸੀ। ਭਗਤ ਨਾਮਦੇਵ ਜੀ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ ਨਾਮ ਜਪ ਜਪ ਕੇ, ਅਤੇ ਜਗਤ ਉਹਨਾਂ ਨੂੰ ਸ਼ੀਂਬਾ ਆ ਕੇ ਸੱਦਦਾ ਸੀ। ਪਰ ਪਰਮਾਤਮਾ ਨੇ ਖੱਤਰੀਆਂ ਬ੍ਰਾਹਮਣ ਨੂੰ ਪਿੱਠ ਦੇ ਦਿੱਤੀ ਅਤੇ ਨਾਮਦੇਵ ਜੀ ਨੂੰ ਮੱਥੇ ਲਾਇਆ ਸੀ। ਅਖੀਰੀਆਂ ਪੰਗਾਂ ਦੇ ਪਾਤਸ਼ਾਹ ਜੀ ਕੀ ਫਰਮਾਉਂਦੇ ਹਨ ਕਿ ਜਿਤਨੇ ਭਗਤ ਹਰ ਸੇਵਕਾ ਮੁਖ ਅਠਸਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੌ ਅਣ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ। ਜਿਤਨੇ ਭਗਤ ਹਰ ਸੇਵਕਾ ਮੁਖ ਅਠਸਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੌ ਅਣ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ। ਕੀ ਫਰਮਾਉਂਦੇ ਨੇ ਪਾਤਸ਼ਾਹ ਜੀ ਕਿ ਪਰਮਾਤਮਾ ਦੇ ਜਿਤਨੇ ਵੀ ਭਗਤ ਹਨ ਸੇਵਕ ਹਨ ਉਹਨਾਂ ਦੇ ਮੱਥੇ ਉੱਤੇ ਅਠਾਹਠ ਤੀਰਥ ਤਿਲਕ ਲਾਉਂਦੇ ਹਨ ਅਤੇ ਸਾਰੇ ਹੀ ਤੀਰਥ ਵੀ ਉਹਨਾਂ ਦਾ ਆਦਰ ਮਾਣ ਕਰਦੇ ਹਨ। ਅਖੀਰਲੀ ਪੌੜੀ ਪੰਕਤੀ 'ਚ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜੇ ਪ੍ਰਭੂ ਪਾਤਸ਼ਾਹ ਮਿਹਰ ਕਰੇ ਤਾਂ ਦਾਸ ਨਾਨਕ ਹਰ ਵੇਲੇ ਉਹਨਾਂ ਭਗਤਾਂ ਸੇਵਕਾਂ ਦੇ ਚਰਨਾਂ ਛੂੰਹਦਾ ਰਹੇ। ਪਰਮਾਤਮਾ ਦੇ ਜਿਤਨੇ ਵੀ ਭਗਤ ਹਨ ਸੇਵਕ ਹਨ ਉਹਨਾਂ ਦੇ ਮੱਥੇ ਉੱਤੇ ਅਠਾਹਠ ਤੀਰਥ ਜੋ ਹਨ ਉਹ ਤਿਲਕ ਲਾਉਂਦੇ ਹਨ ਅਤੇ ਸਾਰੇ ਹੀ ਜੋ ਅਠਾਹਠ ਤੀਰਥ ਹਨ ਉਹ ਵੀ
ਉਸ ਭਗਤ ਦਾ ਉਸ ਸੇਵਕ ਦਾ ਆਦਰ ਮਾਣ ਕਰਦੇ ਹਨ। ਅਤੇ ਜੇ ਪ੍ਰਭੂ ਪਾਤਸ਼ਾਹ ਮਿਹਰ ਕਰੇ ਤਾਂ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਉਹ ਉਹਨਾਂ ਭਗਤਾਂ ਸੇਵਕਾਂ ਦੇ ਚਰਨ ਹਰ ਵੇਲੇ ਛੂੰਹਦਾ ਰਹੇ। ਜੇ ਪ੍ਰਭੂ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮਿਹਰ ਕਰੇ ਤਾਂ ਦਾਸ ਨਾਨਕ ਹਰ ਵੇਲੇ ਉਹਨਾਂ ਭਗਤਾਂ ਸੇਵਕਾਂ ਦੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਸੇਵਾ ਕਰਦੇ ਹਨ, ਉਹਨਾਂ ਦੇ ਚਰਨ ਹਰ ਵੇਲੇ ਹਰ ਸਮੇਂ ਛੂੰਹਦਾ ਰਹੇ। ਇਹ ਸੀ ਅੱਜ ਦੇ ਜੋ ਹੁਕਮਨਾਮ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਉਸਦੀ ਵਿਚਾਰ। ਵਿਚਾਰ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹਨ ਜੀ। ਆਪ ਸੰਗਤ ਬਖਸ਼ਣਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਯੋਗ ਹਨ, ਬਖਸ਼ ਲੈਣ ਜੀ। ਆਓ ਖੀਰਲੀਆਂ ਪਗੜੀਆਂ ਪੜ੍ਹ ਕੇ ਫਤਿਹ ਸਾਂਝ ਕਰੀਏ। ਜਿਤਨੇ ਭਗਤ ਹਰ ਸੇਵਕਾ ਮੁਖ ਅਠਸਠ ਤੀਰਥ ਤਿਨ ਤਿਲ ਕਢਾਏ ਜਨ ਨਾਨਕ ਦਿਨ ਕਾਣ ਦਿਨ ਪਰਸੇ ਜੇ ਕਿਰਪਾ ਕਰੀ ਹਰ ਰਾਏ। ਜਿਤਨੇ ਭਗਤ ਹਰ ਸੇਵਕਾ ਮੁਖ ਅਠਸਠ ਤੀਰਥ ਤਿਨ ਤਿਲਕ ਕਢਾਏ ਜਨ ਨਾਨਕ ਤਿਨ ਕਾਣ ਦਿਨ ਪਰਸੇ ਜੇ ਕਿਰਪਾ ਕਰੀ ਹਰ ਰਾਏ। ਜਨ ਨਾਨਕ ਦਿਨ ਕਾਣ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ।